Hello guys, welcome to my YouTube channel. Bar minus 35 degree temperature yeah. Bina glove, bina cap to koi bar na nikle. ਏਡਰੀ ਸ਼ਹਿਰ 'ਚ ਲੈਫਟ ਸਾਈਡ 'ਤੇ ਸੁਪਰ ਸਟੋਰ ਹੈ ਇੱਥੇ ਅਤੇ ਵੈਂਡੀ ਸਟੋਰ ਵੀ ਆ ਕੈਲਗਰੀ ਜਾਣ ਨੂੰ ਹੁਣ ਲੈਫਟ ਟਰਨ ਕਰਨੀ ਆ ਅਸੀਂ ਰੈੱਡ ਲਾਈਟ ਹੋਈ ਆ ਤੇ ਆ ਗੱਡੀ ਇੱਥੇ ਕਰਤੀ ਅਸੀਂ ਸਟੋਪ ਰਾਈਟ ਸਾਈਡ ਐਡਮਿੰਟਨ ਟ੍ਰੇਲ ਵੱਲ ਰੋਡ ਜਾਂਦਾ ਗ੍ਰੀਨ ਲਾਈਟ ਹੁਣ ਅਸੀਂ ਲੈਫਟ ਟਰਨ ਕਰ ਸਕਦੇ ਹਾਂ ਮੋੜ ਕੱਟਣਾ 40 ਦੀ ਸਪੀਡ ਚਾਹੀਦੀ ਆ ਸੌ ਦਸ ਦੀ ਸਪੀਡ ਇੱਥੇ ਹੋ ਗਈ ਆ ਨਾ ਹਾਈਵੇ ਤੇ ਲੱਗਿਆ ਸੀ ਪੈਨ ਇੰਡੀਕੇਟਰ ਦੇ ਦਿੱਤਾ ਆ ਪੈ ਗਏ ਇੱਕ ਸੌ ਦਸ ਦੀ ਸਪੀਡ ਆ
ਸਾਈਡ ਤੇ ਕ੍ਰੋਸ ਆਇਰਨ ਮਾਲ ਆ ਸਾਈਡ ਵਾਲਾ ਰੋਡ ਸਕੂਲੀ ਨੂੰ ਨਿਕਲ ਜਾਂਦਾ ਆ ਐਗਜ਼ਿਟ 266 ਏ ਰੋਡ ਏਅਰਪੋਰਟ ਨੂੰ ਜਾਂਦੀ ਆ
ਰਾਈਟ ਸਾਈਡ 96 ਐਵਨਿਊ ਵੈਸਟ ਵੱਲ ਜਾਂਦੀ ਆ ਹੁਣ ਅਸੀਂ ਏਅਰਪੋਰਟ ਨੂੰ ਜਾਣ ਨੂੰ ਲੈਫਟ ਟਰਨ ਕਰਨੀ ਆ ਰੈੱਡ ਲਾਈਟ ਹੋਈ ਆ ਇਹ ਰੋਡ ਸਟ੍ਰੇਟ ਨੂੰ ਵੀ ਜਾਂਦੀ ਆ ਲੈਫਟ ਟਰਨ ਵੀ ਕਰ ਸਕਦੇ ਆ ਲੈਫਟ ਟਰਨ ਕਰਨੀ ਆ ਤੇ ਲੈਫਟ ਸਿਗਨਲ ਮੈਂ ਦਿੱਤਾ ਆ ਗ੍ਰੀਨ ਹੋ ਗਈ ਹੁਣ ਅਸੀਂ ਲੈਫਟ ਕਰ ਸਕਦੇ ਹਾਂ ਲੈਫਟ ਸਾਈਡ ਤੇ ਪਾਰਕਿੰਗ ਲੋਟ ਆ ਆ ਰਾਈਟ ਸਾਈਡ ਤੇ ਅਰਾਈਵਲ ਸਾਈਡ ਆ ਤੇ ਅਸੀਂ ਲੈਫਟ ਸਾਈਡ ਲੈਣੀ ਆ
ਅਸੀਂ ਕੈਲਗਰੀ 에어ਪੋਰਟ ਪਹੁੰਚ ਗਏ ਆ ਡੋਮੈਸਟਿਕ ਸਾਈਡ ਆ ਇੱਥੇ ਡੋਮੈਸਟਿਕ ਫਲਾਈਟਾਂ ਜਾਂਦੀਆਂ ਡੋਰ ਨੰਬਰ 1 ਤੋਂ ਡੋਰ ਨੰਬਰ 11 ਤੱਕ ਡੋਮੈਸਟਿਕ ਫਲਾਈਟਾਂ ਜਾਂਦੀਆਂ ਡੋਰ ਨੰਬਰ 13 ਤੇ ਮੈਰੀਅਟ ਹੋਟਲ ਆ ਹੁਣ ਆ ਸ਼ੁਰੂ ਹੋ ਜਾਂਦੀ ਹੈ ਇੰਟਰਨੈਸ਼ਨਲ ਸਾਈਟਸ ਇਸ ਸਾਈਟ ਤੋਂ ਇੰਟਰਨੈਸ਼ਨਲ ਫਲਾਈਟਾਂ ਜਾਂਦੀਆਂ ਆ ਡੋਰ ਨੰਬਰ 14 ਤੋਂ ਸ਼ੁਰੂ ਹੋ ਜਾਂਦੀਆਂ ਆ ਸੋਰੀ ਡੋਰ ਨੰਬਰ 14 ਤੋਂ ਗੇਟ ਸ਼ੁਰੂ ਹੁੰਦਾ ਆ ਡੋਰ ਨੰਬਰ 14 ਤੋਂ ਡੋਰ ਨੰਬਰ 17 ਦੇ ਗੇਟ ਇੰਟਰਨੈਸ਼ਨਲ ਫਲਾਈਟਾਂ ਲਈਆਂ ਇਸ ਸਾਈਡ ਤੋਂ ਇੰਟਰਨੈਸ਼ਨਲ ਫਲਾਈਟਾਂ ਜਾਂਦੀਆਂ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਲੀਜ਼